ਤਾਲਾ ਲਾਉਣ ਵਾਲਾ ਬੈਂਕ ਪ੍ਰਸ਼ਾਸਨ ਮਰਦਾਬਾਦ 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 ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ। ਬੀਤੇ ਦਿਨ ਇੱਕ ਬੈਂਕ ਦੇ ਵੱਲੋਂ ਮਾਂ ਪੁੱਤ ਅਤੇ ਉਸਦੀ ਦਾਦੀ ਨੂੰ ਘਰ ਦੇ ਵਿੱਚੋਂ ਬਾਹਰ ਕੱਢ ਦਿੱਤਾ ਸੀ ਤੇ ਕੋਠੀ ਨੂੰ ਸੀਲ ਕਰ ਦਿੱਤਾ ਸੀ, ਪਰ ਹੁਣ ਇਸ ਬੇਘਰ ਹੋਏ ਪਰਿਵਾਰ ਦੇ ਹੱਕ ਦੇ ਵਿੱਚ ਕਿਸਾਨ ਆਗੂ ਆ ਕੇ ਖੜੇ ਹੋ ਗਏ ਨੇ ਅਤੇ ਬੈਂਕ ਵਾਲਿਆਂ ਨੂੰ ਤਿੱਖੀ ਚੇਤਾਵਨੀ ਦੇ ਦਿੱਤੀ ਹੈ ਅਤੇ ਕਿਹਾ ਕਿ ਜੇਕਰ ਇਸ ਪਰਿਵਾਰ ਨੂੰ ਦੁਬਾਰਾ ਘਰ ਦੇ ਵਿੱਚ ਐਂਟਰੀ ਨਾ ਦਿੱਤੀ ਗਈ ਤਾਂ ਉਹਨਾਂ ਵੱਲੋਂ ਤਿੱਖਾ ਪ੍ਰਦਰਸ਼ਨ ਉਲੀਕਿਆ ਜਾਵੇਗਾ। ਜਾਣਕਾਰੀ ਮੁਤਾਬਿਕ ਗੁਰਦਾਸਪੁਰ ਸ਼ਹਿਰ ਦੇ ਧਾਲੀਵਾਲ ਦੀ ਮਹਿਲਾ ਗਗਨਦੀਪ ਕੌਰ, ਜਿਸਦੇ ਸਹੁਰਾ ਤੇ ਪਤੀ ਦੀ ਬੈਂਕ ਦੇ ਸਿਰ ਚੜੇ ਕਰਜ਼ੇ ਕਾਰਨ ਪਿਛਲੇ ਸਾਲਾਂ ਦੌਰਾਨ ਮੌਤ ਹੋ ਗਈ ਸੀ। ਬੈਂਕ ਵੱਲੋਂ ਬੀਤੇ ਦਿਨ ਇਸ ਵਿਧਵਾ ਮਹਿਲਾ ਗਗਨਦੀਪ ਕੌਰ, ਇਸਦੇ 9 ਸਾਲ ਦੇ ਬੱਚੇ ਤੇ ਬਜ਼ੁਰਗ ਸੱਸ ਨੂੰ ਬੈਂਕ ਦਾ ਕਰਜ਼ਾ ਨਾ ਮੋੜਨ ਕਾਰਨ ਘਰ ਦੇ ਵਿੱਚੋਂ ਬਾਹਰ ਕੱਢ ਕੇ ਘਰ ਨੂੰ ਸੀਲ ਕਰ ਦਿੱਤਾ ਸੀ, ਪਰ ਹੁਣ ਇਸ ਪੀੜਤ ਪਰਿਵਾਰ ਦੇ ਹੱਕ ਦੇ ਵਿੱਚ ਕਿਸਾਨ ਆਗੂ ਆ ਕੇ ਖੜ ਗਏ ਨੇ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਗੁਰਦਾਸਪੁਰ ਜ਼ਿਲ੍ਹੇ ਦੀ ਜਥੇਬੰਦੀ ਵੱਲੋਂ ਬੈਂਕ ਦੀ ਇਸ ਧੱਕੇਸ਼ਾਹੀ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਗਈ ਹੈ। ਇਸ ਮੌਕੇ ਗੱਲਬਾਤ ਕਰਦੇ ਹੋਏ ਆਗੂਆਂ ਨੇ ਕਿਹਾ ਕਿ ਕਈ ਲੋਕ ਤਾਂ ਇਸ ਮੁਲਕ ਦੇ ਵਿੱਚ ਕਰੋੜਾਂ ਰੁਪਏ ਲੈ ਕੇ ਬੈਂਕਾਂ ਦੇ ਮਾਰ ਕੇ ਵਿਦੇਸ਼ਾਂ ਨੂੰ ਭੱਜ ਜਾਂਦੇ ਨੇ, ਉਹਨਾਂ ਦੇ ਘਰਾਂ ਨੂੰ ਸੀਲ ਨਹੀਂ ਕੀਤਾ ਜਾਂਦਾ, ਪਰ ਇਸ ਮਹਿਲਾ ਜਿਸਦਾ ਸਿਰ ਦਾ ਸਾਈਂ ਵੀ ਉਸਨੂੰ ਛੱਡ ਕੇ ਚਲਿਆ ਗਿਆ ਹੈ, ਉਸਨੂੰ ਬੈਂਕ ਵਾਲੇ ਪਰੇਸ਼ਾਨ ਕਰ ਰਹੇ ਨੇ ਤੇ ਹੁਣ ਉਹਨਾਂ ਨੂੰ ਬੇਘਰ ਕਰ ਦਿੱਤਾ ਹੈ। ਇਸ ਮੌਕੇ ਕਿਸਾਨਾਂ ਦਾ ਕਹਿਣਾ ਹੈ ਕਿ ਬੈਂਕ ਦੀ ਇਸ ਧੱਕੇਸ਼ਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਉਹਨਾਂ ਨੇ ਕਿਹਾ ਕਿ ਜੇ ਬੈਂਕ ਵੱਲੋਂ ਇਸ ਧੱਕੇਸ਼ਾਹੀ ਨੂੰ ਵਾਪਸ ਨਾ ਲਿਆ ਗਿਆ ਤਾਂ ਉਹ ਵੱਡਾ ਮੋਰਚਾ ਖੋਲਣਗੇ ਅਤੇ ਜਿਸ ਦੇ ਵਿੱਚ ਪੰਜਾਬ ਪੱਧਰ ਤੇ ਕਿਸਾਨ ਇਕੱਠੇ ਹੋਣਗੇ ਅਤੇ ਇੱਕ ਵੱਡਾ ਪ੍ਰਦਰਸ਼ਨ ਉਲੀਕਿਆ ਜਾਵੇਗਾ। ਜਾਣਕਾਰੀ ਮੁਤਾਬਿਕ ਘਰ ਦੇ ਮੁਖੀ ਨੇ ਇਸ ਕੋਠੀ ਨੂੰ ਪਾਉਣ ਲਈ 10 ਲੱਖ ਦਾ ਕਰਜ਼ਾ ਲਿਆ ਸੀ ਜੋ ਕਿ ਸਹੀ ਸਮੇਂ ਤੇ ਵਾਪਸ ਨਹੀਂ ਹੋਇਆ, ਜਿਸ ਕਾਰਨ ਇਹ ਕਰਜ਼ਾ ਵੱਧ ਕੇ 16 ਲੱਖ ਤੱਕ ਪਹੁੰਚ ਗਿਆ, ਜਿਸ ਕਾਰਨ ਬਜ਼ੁਰਗ ਦਾਦੇ ਦੀ ਮੌਤ ਹੋ ਗਈ ਅਤੇ ਬਾਅਦ ਦੇ ਵਿੱਚ 9 ਸਾਲ ਦੇ ਬੱਚੇ ਦੇ ਪਿਤਾ ਨੇ ਵੀ ਕਰਜ਼ਾ ਨਾ ਮੋੜਨ ਕਾਰਨ ਖੁਦਕੁਸ਼ੀ ਕਰ ਲਈ, ਜਿਸ ਕਾਰਨ ਇਹ ਕਰਜ਼ਾ ਹਰ ਦਿਨ ਵੱਧਦਾ ਗਿਆ ਅਤੇ ਨੌਬਤ ਇਹ ਆ ਗਈ ਕਿ ਬੈਂਕ ਨੇ ਪਰਿਵਾਰ ਨੂੰ ਹੀ ਘਰ ਦੇ ਵਿੱਚੋਂ ਬਾਹਰ ਕੱਢ ਦਿੱਤਾ, ਜਿਸ ਕਾਰਨ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਅਤੇ ਹੁਣ ਪਰਿਵਾਰ ਦੇ ਹੱਕ ਦੇ ਵਿੱਚ ਕਿਸਾਨ ਜਥੇਬੰਦੀਆਂ ਆ ਗਈਆਂ ਨੇ, ਜਿਨ੍ਹਾਂ ਵੱਲੋਂ ਇਸ ਪੀੜਤ ਪਰਿਵਾਰ ਦੀ ਮਦਦ ਕਰਨ ਦਾ ਬੀੜਾ ਚੁੱਕਿਆ ਗਿਆ। ਆਲਰੇਡੀ ਕਰਜ਼ੇ ਦੇ ਨਾ ਚੁਕਾਉਣ ਦੇ ਕਾਰਨ ਸਾਡੇ ਪਰਿਵਾਰ ਦੇ 2 ਜੀਆਂ ਦੀ ਡੈਥ ਹੋ ਗਈ, ਸੁਸਾਈਡ ਉਹਨਾਂ ਨੇ ਕਰ ਲਿਆ ਤੇ ਹੁਣ ਸਾਨੂੰ ਵੀ ਇੰਨਾ ਕੁ ਮਜਬੂਰ ਕੀਤਾ ਜਾ ਰਿਹਾ ਕਿ ਹਨਾ ਕਿ ਸਾਡੇ ਕੋਈ ਹੁਣ ਸਾਨੂੰ ਹੱਲ ਨਹੀਂ ਲੱਭਦਾ। ਬਟ ਉਹਦੇ ਬਾਵਜੂਦ ਫਿਰ ਜਿੱਦਾਂ ਆਏ ਨੇ ਹਨਾ ਕਿਸਾਨ ਜਥੇਬੰਦੀਆਂ, ਡਾਕਟਰ ਕਵਲਜੀਤ ਸਿੰਘ, ਹੋਰ ਵੀ ਕਾਫੀ ਜਣੇ ਮਤਲਬ ਸਪੋਰਟ ਕਰ ਰਹੇ ਨੇ ਥਰੂ ਸੋਸ਼ਲ ਮੀਡੀਆ, ਤੇ ਮੈਂ ਸਰਕਾਰ ਨੂੰ ਬੈਂਕ ਵਾਲਿਆਂ ਨੂੰ ਇਹੀ ਕਰਦੀ ਹਾਂ ਕਿ ਪਲੀਜ਼ ਸਾਨੂੰ ਸਾਡਾ ਘਰ ਵਾਪਸ ਕੀਤਾ ਜਾਵੇ ਤਾਂ ਜੋ ਅਸੀਂ ਇੱਥੇ ਦੁਬਾਰਾ ਵਾਪਸ ਆ ਕੇ ਰਹਿਣਾ ਸ਼ੁਰੂ ਕਰੀਏ। ਜੋ ਪਿਛਲੇ ਦਿਨੀ ਬੈਂਕ ਨੇ ਪਰਿਵਾਰ ਨਾਲ ਧੱਕਾ ਕੀਤਾ ਕਿ ਪਰਿਵਾਰ ਨੂੰ ਘਰ ਤੋਂ ਬਾਹਰ ਕਰ ਦਿੱਤਾ ਗਿਆ, ਜੋ ਵੀਡੀਓ ਵਾਇਰਲ ਹੋਈ ਆ ਉਸ ਨੂੰ ਵੇਖਦੇ ਹੋਏ ਅੱਜ ਸਾਡੀ ਜ਼ਿਲ੍ਹਾ ਕਮੇਟੀ ਗੁਰਦਾਸਪੁਰ ਜਿਹੜੀ ਉਹਨਾਂ ਦੇ ਆਗੂ ਸਾਹਿਬਾਨ ਇੱਥੇ ਪਹੁੰਚੇ ਆ, ਪਰਿਵਾਰ ਨੂੰ ਮਿਲੇ ਆ ਤੇ ਜੋ ਪਰਿਵਾਰ ਨਾਲ ਧੱਕਾ ਹੋਇਆ ਵਾ ਕਿ ਬੈਂਕ ਵਾਲੇ ਨੇ ਉਹਨਾਂ ਨੂੰ ਘਰ ਤੋਂ ਬਾਹਰ ਕੱਢਤਾ, ਜਲਦੀ ਜਿਹੜਾ ਵਾ ਜ਼ਿਲ੍ਹਾ ਕਮੇਟੀ ਦੀ ਰਾਏ ਕਰਕੇ ਪਰਿਵਾਰ ਨੂੰ ਜਿਹੜਾ ਵਾ ਉਹ ਘਰ ਦਵਾਇਆ ਜਾਏਗਾ ਤੇ ਜਿਹੜਾ ਬੈਂਕ ਦੀ ਨਗੇਲੀ ਕਰਕੇ ਜਾਂ ਬੈਂਕ ਦੀ ਜਿਹੜਾ ਇਹਨਾਂ ਨੂੰ ਪਰੇਸ਼ਾਨ ਕੀਤਾ ਗਿਆ ਉਹਦੇ ਕਰਕੇ ਜਿਹੜੇ ਇਹਨਾਂ ਦੇ ਪਰਿਵਾਰ ਦੇ 2 ਜੀਆਂ ਦਾ ਉਹਨਾਂ ਨੇ ਕਤਲ ਕੀਤਾ, ਕਿਉਂਕਿ ਅਸੀਂ ਇਹਨੂੰ ਕਤਲ ਕਹਿੰਦੇ ਹਾਂ ਜਦੋਂ ਕਿਸੇ 'ਤੇ ਪ੍ਰੈਸ਼ਰ ਪਾਉਣਾ, ਉਹਨੂੰ ਮਜਬੂਰ ਕਰਨਾ ਕਿਸੇ ਵਾਸਤੇ, ਤੇ ਉਹ ਜਿਹੜਾ ਪਰਿਵਾਰ ਦਾ ਕਤਲ ਦੇ ਜ਼ਿੰਮੇਵਾਰ ਪ੍ਰਸ਼ਾਸਨ ਆ ਅਤੇ ਸਰਕਾਰਾਂ ਨੇ, ਕਿਉਂਕਿ ਅਸੀਂ ਲੰਮੇ ਸਮੇਂ ਤੋਂ ਇਹ
ਜਿਹੜੀ ਕਰਜ਼ੇ ਦੀ ਮਾਰ ਹੈ ਇਹਦੇ ਤੇ ਲੜਾਈ ਵੀ ਲੜ ਰਹੇ ਹਾਂ, ਕਿਉਂਕਿ ਅਸੀਂ ਸਰਕਾਰ ਨੂੰ ਕਹਿੰਦੇ ਹਾਂ ਕਿ ਜਿਹੜੇ ਜਿਨ੍ਹਾਂ ਨਾਲ ਧੱਕਾ ਹੋ ਰਿਹਾ, ਜਿਹੜੇ ਨਹੀਂ ਤਾਰ ਸਕਦੇ ਉਹਨਾਂ ਦਾ ਜਿਹੜਾ ਕਰਜ਼ਾ ਉਹ ਮਾਫ਼ ਕੀਤਾ ਜਾਏ। ਇਹ ਇਹਨਾਂ ਗੱਲਾਂ ਨੂੰ ਲੈ ਕੇ ਅਸੀਂ ਜਿਹੜਾ ਜਥੇਬੰਦੀਆਂ ਜਿਹੜੀਆਂ ਕਰਜ਼ੇ ਦੀ ਮੰਗ ਕਰਦੇ ਹਾਂ ਕਿ ਜਿਹੜਾ ਮਾਫ਼ ਹੋਣਾ ਚਾਹੀਦਾ, ਕਿਉਂਕਿ ਆਮ ਤੌਰ 'ਤੇ ਗੱਲਾਂ ਕੀਤੀਆਂ ਜਾਂਦੀਆਂ ਨੇ ਕਿ ਜਥੇਬੰਦੀਆਂ ਵਾਲੀਆਂ ਐਵੇਂ ਕਰਦੇ ਕਿ ਇਹਨਾਂ ਦਾ ਕਰਜ਼ਾ ਮਾਫ਼ ਹੋਣਾ ਚਾਹੀਦਾ। ਅੱਜ ਇਹ ਪਰਿਵਾਰ ਨਾਲ ਜਦੋਂ ਧੱਕਾ ਹੋਇਆ, ਇਸੇ ਕਰਕੇ ਅਸੀਂ ਕਰਦੇ ਹਾਂ ਕਿ ਜਿਨ੍ਹਾਂ ਨਾਲ ਬੈਂਕ ਜਾਂ ਧੱਕੇ ਕਰਦੇ ਜਾਂ ਸਰਕਾਰ ਧੱਕਾ ਕਰਦੀ ਹੈ, ਜਿਹੜੇ ਨਹੀਂ ਤਾਰਨ ਜੋਗੇ, ਜਿਹੜਾ ਉਹਨਾਂ ਦਾ ਕਰਜ਼ਾ ਜਿਹੜਾ ਮਾਫ਼ ਕੀਤਾ ਜਾਵੇ।